कोरोना महामारी नूं लैके संयुक्त किसान मोर्चे दा सरकार ते वड्डा हमला। कोरोना दे बहाने अंदोलन नूं बदनाम करन दी कोशिश कीती जा रही है, जिहा कहा बलबीर सिंह राजेवाल ने। किसानां लई संयुक्त किसान मोर्चे दा प्रबंध सरकारां नालों वधिया है। उन्होंने कहा कि 26 मई नूं देश भर च काला दिवस मनाउण लई तैयार है। नाल ही उन्होंने कहा कि प्रधानमंत्री नूं लिखी चिट्ठी नूं लैके वी उन्होंने कहा कि जे सरकार गलबात लई सद्दा दिंदी है तां असीं जरूर जावांगे। बीमारी है, कोई 20-25 दिन पहला सोनीपत एडमिनिस्ट्रेशन ने मीटिंग बुलाई, उन्होंने कहा असी वैक्सीनेशन करनी चाहते हाँ, असी उन्होंने कहा अपनी टीमां भेजो। 20-25 दिन अज तक एक भी डॉक्टर कोई उत्थे साढ़े जिहड़े ना टिकरी ना गाजीपुर ना इत्थे कुंडली किसी नाके ते एक भी डॉक्टर वैक्सीनेशन वास्ते नहीं गया। ये इन्हां दा हाल है, ना इन्हां कोल टीके ने टीकाकरण लई, ना इन्हां कोल कोई किसी तरह की लोगों नूं मदद देने लई कोई साधन ने। इत्थे की हो रहा पंजाब च पिंडां विच, ना तो इन्होंने लोगों च अवेयरनैस फैलाई। असी तो चाहांगे भी लोगो उत्थे आ जाओ, असी तुहाडा पूरा ख्याल रख रहे हां, कोविड तो बच जाओगे। पर सरकार असी हुण तय कीता है भी जिन्नियां इन्हां दीआं डिस्पेंसरियां ने पंजाब च हरियाणे च जिन्हां च गोडे गोडे घा जमया होया, कोई डॉक्टर नहीं, कोई उत्थे हैल्थ वर्कर नहीं, कोई लभदा नहीं, असी उन्हां दीआं वीडियो बना के इन्हां नूं भेजांगे भी आह हाल है तुहाडा। तो सरकार दा काम हुंदा अपने लोकां दी राखी करना, ते जे सरकार राखी करन दी बजाय झूठ फैलाउण ते लक बन ले ते लोकां नूं कहे लोक बेवकूफ ने, ਉਹ ਇਸ ਝੂਠ ਵਿੱਚ ਸਾਡੇ 'ਚ ਆ ਜਾਣਗੇ, ਉਹ ਕਿਸੇ ਹੋਰ ਦੁਨੀਆ 'ਚ ਵੱਸਦੇ ਹੋਣਗੇ। ਅੱਜ ਲੋਕ ਸਮਝਣ ਲੱਗ ਪਏ ਵੀ ਇਹ ਸਰਕਾਰ ਝੂਠਿਆਂ ਦੀ ਸਰਕਾਰ ਹੈ। ਅੰਦੋਲਨ ਨੂੰ ਬਦਨਾਮ ਕਰਕੇ ਉੱਥੋਂ ਉਠਾ ਦੇਣਗੇ, ਉਹਨਾਂ ਦੀ ਗਲਤ ਫਹਿਮੀ ਹੈ, ਇਹ ਉਹਨਾਂ ਦੇ ਪੇਸ਼ ਪੈ ਜਾਓ। ਜੇ ਕਿਤੇ ਗਲਤੀ ਕਰ ਲਈ, ਇਹ ਸਾਰੀ ਦੁਨੀਆ ਦਾ ਅੰਦੋਲਨ ਹੈ, ਸਾਰੀ ਦੁਨੀਆ ਦੀ ਹਮਦਰਦੀ ਇਸ ਅੰਦੋਲਨ ਦੇ ਨਾਲ ਹੈ, ਸਾਰੇ ਲੋਕਾਂ ਦਾ ਅੰਦੋਲਨ ਹੈ, ਸਿਰਫ ਕਿਸਾਨਾਂ ਦਾ ਅੰਦੋਲਨ ਹੁਣ ਨਹੀਂ ਰਿਹਾ। ਇਸ ਕਰਕੇ ਕਿਤੇ ਇਹੋ ਜਿਹੀ ਭੁੱਲ ਨਾ ਕਰ ਬੈਠਣ, ਨਹੀਂ ਨਤੀਜੇ ਬੜੇ ਮਾੜੇ ਨਿਕਲਣਗੇ। ਬੜਾ ਸਪਸ਼ਟ ਕਰਦੇ ਹਾਂ, ਸਾਡੇ ਪ੍ਰਬੰਧ ਸਰਕਾਰ ਨਾਲੋਂ 1000 ਗੁਣਾ ਬਿਹਤਰ ਨੇ, ਔਰ ਸਾਡੇ ਕੋਲ ਸਾਡੇ ਸੱਜਣ ਮਿੱਤਰ ਹਰ ਰੋਜ਼ ਕੋਵਿਡ ਤੋਂ ਬਚਾਅ ਲਈ ਦਵਾਈਆਂ ਭੇਜੀ ਜਾ ਰਹੇ ਨੇ। ਹਰ ਕੱਲ੍ਹ ਸਾਡੇ ਕੋਲ ਪਹਿਲੀ ਕੰਸਾਈਨਮੈਂਟ ਹਾਲੇ ਮੁੱਕੀ ਨਹੀਂ ਸੀ, ਕੱਲ੍ਹ ਫਿਰ ਇੰਨੀ ਦਵਾਈ ਚਲੀ ਗਈ। ਮੈਂ ਫਿਰ ਆਉਂਦਾ ਹੋਇਆ ਕਹਿ ਕੇ ਆਇਆ ਵੀ ਇਕੱਲੇ ਇਕੱਲੇ ਲੰਗਰ 'ਚ ਧਿਆਨ ਨਾਲ ਜਿਹਦੇ ਕੋਲ ਐਵੇਂ ਕਿਤੇ ਵੇਸਟ ਬਣਾ ਹੋਵੇ, ਸਾਰੀਆਂ ਦਵਾਈਆਂ ਫਿਰ ਪਹੁੰਚਾਓ। ਸਾਡੇ ਕੋਲ ਸਰਪਲਸ ਪਈਆਂ ਦਵਾਈਆਂ, ਅਤੇ ਸਰਕਾਰ ਅਸੀਂ ਮੰਗ ਕੀਤੀ ਹੈ ਰੈਜ਼ੋਲੂਸ਼ਨ ਕਰਕੇ ਵੀ ਇਹ ਜੇ ਬਿਮਾਰੀ 'ਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਸਰਕਾਰ ਲੋਕਾਂ ਦਾ ਫ੍ਰੀ ਇਲਾਜ ਕਰੇ। ਅਸੀਂ ਤੈਅ ਕੀਤਾ ਹੈ ਵੀ 26 ਤਾਰੀਖ ਨੂੰ ਸਾਰੇ ਦੇਸ਼ ਦੇ ਲੋਕ ਆਪਣੇ ਹਰ ਅਦਾਰੇ 'ਤੇ, ਆਪਣੇ ਘਰ 'ਤੇ, ਦੁਕਾਨ 'ਤੇ, ਇੰਡਸਟਰੀ 'ਤੇ, ਪਿੰਡਾਂ ਵਿੱਚ ਕਿਸਾਨ ਆਪਣੇ ਘਰਾਂ 'ਤੇ, ਟਰੈਕਟਰਾਂ 'ਤੇ, ਹਰ ਜਗ੍ਹਾ ਕਾਲੇ ਝੰਡੇ ਲਾ ਕੇ ਉਸ ਦਿਨ ਰੋਸ ਪ੍ਰਗਟ ਕਰਨਗੇ। ਔਰ ਉਸ ਦਿਨ ਇਹ ਤੋਂ ਇਲਾਵਾ 12 ਵਜੇ ਤੱਕ ਹਰ ਪਿੰਡ ਜਾਂ ਮੁਹੱਲੇ ਦੇ ਵਿੱਚ ਮੋਦੀ ਦੇ ਪੁਤਲੇ ਬਣਾ ਕੇ ਫੂਕੇ ਜਾਣਗੇ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਪਾਰਟ 'ਤੇ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਗੱਲਬਾਤ ਲਈ ਤਿਆਰ ਹਾਂ। ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਕੋਲੋਂ ਇਹ ਆਸ ਨਹੀਂ ਹੁੰਦੀ ਵੀ ਉਹ ਕਿਤੇ ਬੈਠ ਕੇ ਮੇਜ਼ 'ਤੇ ਗੱਲਬਾਤ ਨਾ ਕਰਨ, ਭੱਜਣ ਮੈਦਾਨੋਂ। ਅਤੇ ਅਸੀਂ ਉਹਨਾਂ ਦੇ ਇਸ ਰਵੱਈਏ ਦੀ ਨਿੰਦਾ ਕੀਤੀ ਹੈ, ਉਹਨਾਂ ਨੂੰ ਕਿਹਾ ਵੀ ਤੁਹਾਡਾ ਰਵੱਈਆ ਜਿਹੜਾ ਉਹ ਤਾਨਾਸ਼ਾਹੀ ਵਾਲਾ, ਡੈਮੋਕ੍ਰੇਸੀ ਜਿੱਦਾਂ ਦਾ ਨਹੀਂ ਹੁੰਦਾ, ਅਤੇ ਜੇ ਨਹੀਂ ਤੁਸੀਂ ਕਰੋਗੇ ਤਾਂ ਫਿਰ ਅਸੀਂ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ ਸੀ ਤੁਹਾਡੇ ਖਿਲਾਫ਼ ਇਹ ਕਰਨ ਵਾਲੇ। ਬਹੁਤ ਸਮਾਂ ਹੋ ਗਿਆ, ਸਰਕਾਰ ਇਹ ਨਾ ਕਹੇ ਵੀ ਸਾਨੂੰ ਕੋਈ ਅਪਰੋਚ ਹੀ ਨਹੀਂ ਕਰਦਾ, ਅਸੀਂ ਇੱਕ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ। ਬਾਕੀ ਉਹਨਾਂ ਦਾ ਕੰਮ ਹੈ, ਬੁਲਾਉਣਗੇ ਗੱਲਬਾਤ ਲਈ ਜਾਵਾਂਗੇ।